ਪੰਜਾਬ ਵਿੱਚ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈ, ਜਿਸ ਦੇ ਤਹਿਤ ਜਲਾਲਾਬਾਦ ਦੇ ਵਿੱਚ ਵੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਵੱਲੋਂ ਉਮੀਦ ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ ਆਪਣੀ ਵੋਟ ਦਾ ਅਧਿਕਾਰ ਵਰਤਣ ਦੀ ਆਗਿਆ ਦਿੱਤੀ ਜਾਏਗੀ। ਬਾਕੀ ਦੂਜੇ ਪਾਸੇ ਉਹਨਾਂ ਨੇ ਮੌਜੂਦਾ ਕਾਂਗਰਸ ਪਾਰਟੀ ਵੱਲੋਂ ਧੱਕਾ ਕਰਨ ਦੀ ਵੀ ਚਿੰਤਾ ਜ਼ਾਹਰ ਕੀਤੀ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਵੱਲੋਂ 2015 ਵਿੱਚ ਪੂਰੇ ਲੋਕਤਾਂਤਰਿਕ ਤਰੀਕੇ ਨਾਲ ਇਲੈਕਸ਼ਨ ਕਰਵਾਏ ਗਏ ਸੀ ਅਤੇ ਉਹ ਹੁਣ ਵੀ ਉਮੀਦ ਕਰਦੇ ਨੇ ਕਿ ਕਾਂਗਰਸ ਵੀ ਸੰਵਿਧਾਨਕ ਤਰੀਕੇ ਨਾਲ ਹੀ ਇਹ ਇਲੈਕਸ਼ਨਾਂ ਕਰਾਏਗੀ। ਉਹਨਾਂ ਕਿਹਾ ਕਿ ਆਉਂਦੀ 2 ਫਰਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਨੋਮੀਨੇਸ਼ਨ ਫਾਈਲ ਕੀਤੇ ਜਾਣਗੇ। ਅੱਜ ਸ਼੍ਰੋਮਣੀ ਅਕਾਲੀ ਦਲ ਉੱਪਰ ਚੱਕ ਲਾ ਨਾਲ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਸਾਡੇ ਪ੍ਰਧਾਨ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਾਡੀ ਸਾਰੇ ਪ੍ਰੇਮ ਕੁਮਾਰ ਵਲੇਚਾ ਜੀ, ਅਸ਼ੋਕ ਅਨੇਜਾ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਅਤੇ ਸਮੁੱਚੀ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸ਼ਹਿਰੀ ਟੀਮ ਅਤੇ ਸਾਰੇ ਦਿਹਾਤੀ ਦੇ ਜਿੰਨੇ ਅਸੀਂ ਸਾਡੇ ਮੇਨ ਜਥੇਬੰਦੀ ਹੈ ਸਾਡੀ, ਅਸੀਂ ਸਾਰਿਆਂ ਨੇ ਸਲਾਹ ਮਸ਼ਵਰਾ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ 17 ਜਲਾਲਾਬਾਦ ਤੋਂ MC ਦੀ ਲਿਸਟ ਉਹ ਅੱਜ ਅਸੀਂ ਜਾਰੀ ਕੀਤੀ ਹੈ। ਇਲੈਕਸ਼ਨ ਅਸੀਂ ਬੜੇ ਸੁਚੱਜੇ ਢੰਗ ਨਾਲ ਪੂਰੀ ਮਿਹਨਤ ਨਾਲ ਸਾਡੇ ਵਰਕਰ ਇਲੈਕਸ਼ਨ ਲੜਨਗੇ। ਕਿਸ ਤਰ੍ਹਾਂ ਦੀ ਜਿਹੜੀ ਹੈ ਉਹ ਰਣਨੀਤੀ ਰਹੇਗੀ ਅਕਾਲੀ ਦਲ ਦੇ ਵੱਲੋਂ ਇਸ ਵਾਰੀ, ਕਿਉਂਕਿ ਅਕਸਰ ਹੀ ਵੇਖਿਆ ਜਾਂਦਾ ਕਿ ਮੌਜੂਦਾ ਜਿਹੜੀ ਪਾਰਟੀ ਹੁੰਦੀ ਹੈ ਜਾਂ ਮੌਜੂਦਾ ਜਿਹੜੀ ਸਰਕਾਰ ਹੁੰਦੀ ਹੈ ਉਹਦੇ ਵੱਲੋਂ ਜਿਹੜਾ ਕੀ ਹੈ ਧੱਕਾ ਵੀ ਕੀਤਾ ਜਾਂਦਾ। ਨਹੀਂ ਯਾਰ, ਐਂ ਕਿਉਂ ਕਰਦਾ ਯਾਰ ਤੂੰ ਹਰੇਕ ਨਾਲ ਯਾਰ ਲੋਕੋ ਜੀ ਸਰ, ਅਕਸਰ ਹੀ ਵੇਖਿਆ ਜਾਂਦਾ ਕਿ ਜਿਹੜਾ ਮੌਜੂਦਾ ਪਾਰਟੀ ਹੁੰਦੀ ਹੈ ਜਾਂ ਸੱਤਾ 'ਚ ਹੁੰਦੀ ਹੈ ਉਹਦੇ ਵੱਲੋਂ ਜਿਹੜਾ ਕਿ ਧੱਕੇ ਦੀਆਂ ਗੱਲਾਂ ਜਿਹੜੀਆਂ ਸਾਹਮਣੇ ਆਉਂਦੀਆਂ ਹੈਗੀਆਂ। ਇਹ ਐਤਕੀ ਜਿਹੜੇ ਇਲੈਕਸ਼ਨ ਹੋ ਰਹੇ ਤੁਹਾਡਾ ਇਹਦੇ 'ਤੇ ਕੀ ਕਹਿਣਾ, ਕਿਸ ਤਰ੍ਹਾਂ ਦਾ ਮਾਹੌਲ ਰਹੇਗਾ? ਤੁਸੀਂ 2015 'ਚ ਇੱਥੇ ਸੀਗੇ ਜੀ, ਕੋਈ ਧੱਕਾ ਕੀਤਾ ਕਿਸੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਟਾਈਮ 'ਤੇ? ਜੇ ਕੀਤਾ ਤਾਂ ਤੁਸੀਂ ਦੱਸ ਦਿਓ। ਇਹ ਇਲੈਕਸ਼ਨ ਜਿਹੜਾ ਧੱਕਾ ਜਦੋਂ ਕੋਈ ਵੀ ਕਰੇ ਪਾਵਰ ਦੇ ਵਿੱਚ ਜਿਹੜਾ ਹੁੰਦਾ ਉਹਨੂੰ ਪਤਾ ਨਹੀਂ ਹੁੰਦਾ, ਕਈ ਵਾਰੀ ਗਲਤੀ ਕਰ ਪੈਂਦਾ, ਲੇਕਿਨ ਉਹ ਜਿਹੜੀ ਜਨਤਾ ਹੁੰਦੀ ਹੈ ਉਹ ਵੋਟ ਦਾ ਅਧਿਕਾਰ ਚਾਹੁੰਦੀ ਹੈ। ਬੀਜੇਪੀ ਭਾਈਵਾਲ ਕਾਂਗਰਸ ਦੀ ਅਕਾਲੀ ਦਲ ਦੀ ਭਾਈਵਾਲ ਪਾਰਟੀ ਰਹੀ ਹੈ, ਲੇਕਿਨ ਦੇਖਿਆ ਗਿਆ ਬੀਤੇ ਦਿਨੀ ਬੀਜੇਪੀ ਦੇ ਸੀਨੀਅਰ ਲੀਡਰ ਜਦੋਂ ਜਲਾਲਾਬਾਦ ਆਏ ਨੇ ਉਹਨਾਂ ਦਾ ਬੜਾ ਵੱਡਾ ਵਿਰੋਧ ਕੀਤਾ ਗਿਆ ਕਿਸਾਨਾਂ ਵੱਲੋਂ। ਕਿਸ ਤਰ੍ਹਾਂ ਦਾ ਮਾਹੌਲ ਰਹੇਗਾ ਇਸ ਵਾਰ? ਉਹ ਚਲੋ ਆਪਣੇ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਨੇ ਜਿਹੜਾ 3 ਬਿੱਲ ਲਿਆਂਦੇ ਆ ਉਹ ਕਿਸਾਨ ਮਾਰੂ ਬਿੱਲ ਹੈ, ਮਜ਼ਦੂਰ ਮਾਰੂ ਬਿੱਲ ਹੈ, ਸਾਰੇ ਆਪਣੇ ਵਪਾਰੀ ਮਾਰੂ ਬਿੱਲ ਹੈ, ਉਹਦੇ ਕਰਕੇ ਫਿਰ ਵਿਰੋਧ ਹੋਣਾ ਤਾਂ ਸੁਭਾਵਿਕ ਹੀ ਹੈ ਨਾ ਸੰਗਤ ਦੇ ਵਿੱਚ। ਜੇ ਕਾਂਗਰਸ ਵੱਲੋਂ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਕੀਤੀ ਜਾਂਦੀ ਹੈ, ਕਿਸ ਤਰ੍ਹਾਂ ਦਾ ਰੁੱਖ ਰਹੇਗਾ ਸ਼੍ਰੋਮਣੀ ਅਕਾਲੀ ਦਲ ਦਾ? ਜੇ ਉਹ ਧੱਕੇਸ਼ਾਹੀ ਕਰਦੇ ਤਾਂ ਅਸੀਂ ਉਹਦਾ ਹਰ ਡਟਵਾਂ ਮੁਕਾਬਲਾ ਕਰਨ ਲਈ ਸਾਡੀ ਟੀਮ ਤਿਆਰ ਹੈ ਅਤੇ ਲੋਕਾਂ ਦੇ ਵਿੱਚ ਉਹ ਇੰਨੀ ਸ਼ਾਖ ਆਪਦੀ ਗੁਆ ਬਹਿਣਗੇ ਕਿ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਰਿਜ਼ਲਟ ਵੀ ਮਿਲ ਜੂਗਾ। ਸਾਨੂੰ ਪਤਾ ਜਿਹੜਾ ਤਜਰਬਾ ਹੈ ਕਿ ਲੋਕ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦੇ। ਮੈਂ ਤੈਨੂੰ ਇਸ ਗੱਲ ਦਾ ਜਵਾਬ ਦਿੰਦਾ, 2012 ਜਦੋਂ ਮੈਂ ਇੱਥੇ ਆਇਆ ਮੇਰੀ ਡਿਊਟੀ ਲਾਈ ਪਾਰਟੀ ਪ੍ਰਧਾਨ ਸਾਹਿਬ ਨੇ, ਕਿਸੇ ਗੱਲ ਨੇ ਕਿਤੇ ਜਾ ਕੇ ਸਟੋਪ ਹੋਣਾ ਹੁੰਦਾ ਜੇ ਇਹਨਾਂ ਨੇ ਉਸ ਤੋਂ ਪਹਿਲਾਂ 2000 ਦੇ ਵਿੱਚ ਜਾਂ 2002 ਵਾਲੀ ਸਰਕਾਰ ਦੇ ਵਿੱਚ ਕੀਤਾ ਕਿ ਅਸੀਂ ਵੀ ਉਹ ਦੁਹਰਾਉਂਦੇ 2012 ਅਤੇ 15 'ਚ ਜਾ ਕੇ, ਅਸੀਂ ਇਹ ਸੋਚਿਆ ਵੀ ਜੋ ਹੋਇਆ ਮੈਨੂੰ ਪਤਾ ਲੱਗ ਗਿਆ ਸ਼ਹਿਰ ਚੰਗਾ ਨਹੀਂ ਸਮਝਦਾ ਇਸ ਗੱਲ ਨੂੰ, ਲੇਕਿਨ ਇਹ ਮਨ ਬਣਾ ਲਿਆ ਕਿ ਆਪਾਂ ਕਿਸੇ ਤਰ੍ਹਾਂ ਦਾ ਕੋਈ ਕਿਸੇ ਨਾਲ ਧੱਕਾ ਨਹੀਂ ਕਰਨਾ ਅਤੇ ਅਸੀਂ ਉਸ ਚੈਪਟਰ ਨੂੰ ਕਲੋਜ਼ ਕੀਤਾ, ਆਪਦੀ ਨਵੀਂ ਰਵਾਇਤ ਸ਼ੁਰੂ ਕਰਕੇ ਦਿੱਤੀ ਹੈ। ਸ਼ਹਿਰ ਵਾਸੀਆਂ ਨੂੰ ਖੁਸ਼ੀ ਮਹਿਸੂਸ ਕੀਤੀ ਹੈ, ਮੈਨੂੰ ਸ਼ਹਿਰ ਵਾਸੀਆਂ ਨੇ ਖੁਦ ਕਿਹਾ ਸੀ ਵੀ ਅਸੀਂ MC ਇਲੈਕਸ਼ਨ ਦਾ ਜਿਹੜਾ ਵੋਟ ਬੜੇ ਚਿਰ ਬਾਅਦ ਪਾਈ ਹੈ ਅਤੇ ਬੇਝਿਜਕ ਹੋ ਕੇ ਬੇਨਿਡਰ ਹੋ ਕੇ ਪਾਈ ਹੈ। ਨਹੀਂ ਨਹੀਂ ਸਰ, ਸਵਾਲ ਇਹ ਵੀ ਹੈਗਾ ਕਿ ਜਦੋਂ MP ਜਾਂ MLA ਦਾ ਇਲੈਕਸ਼ਨ ਹੁੰਦਾ ਉਦੋਂ ਸਰਕਾਰ ਵੱਲੋਂ ਬੜੀ ਹੀ ਹਾਈ ਸਿਕਿਉਰਿਟੀ ਦੇ ਨਾਲ ਇਲੈਕਸ਼ਨ ਕਰਵਾਇਆ ਜਾਂਦਾ, ਪਰ ਜਦੋਂ ਨਗਰ ਕੌਂਸਲ ਜਾਂ ਨਗਰ ਪੰਚਾਇਤਾਂ ਜਾਂ ਪੰਚਾਇਤਾਂ ਦੇ ਇਲੈਕਸ਼ਨ ਹੁੰਦੇ ਆ ਉਦੋਂ ਸਿਰਫ ਪੰਜਾਬ ਪੁਲਿਸ 'ਤੇ ਛੱਡ ਦਿੱਤਾ ਜਾਂਦਾ, ਜਦਕਿ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਹਮੇਸ਼ਾ ਹੀ ਸਵਾਲਾਂ ਦੇ ਘੇਰੇ 'ਚ ਰਹਿੰਦੀ ਹੈ। ਵੇਖੋ ਮੈਂ ਤੈਨੂੰ ਇੱਕ ਦੱਸ ਦਿੰਦਾ, ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤਾਂ ਸਵਾਲਾਂ 'ਚ ਰਹਿੰਦੀ ਹੈ ਜਿਹੜਾ ਇੱਥੇ DSP ਕੋਈ ਲੱਗੇ, ਕੋਈ SHO ਲੱਗਦਾ, ਉਹ ਆਪਦਾ ਪੋਲੀਟੀਕਲੀ ਤੌਰ 'ਤੇ ਜਦੋਂ ਲੱਗਦਾ ਅਤੇ ਉਹਨੂੰ ਐਂ ਹੁੰਦਾ ਸ਼ਾਇਦ ਮੈਂ ਇਹਨਾਂ ਨੂੰ ਖੁਸ਼ ਕਰਨਾ, ਲੇਕਿਨ ਉਹਦਾ ਕੁਛ ਨਹੀਂ ਜਾਣਾ, ਉਹਨੇ ਇੱਥੋਂ ਬਦਲ ਵੀ ਜਾਣਾ ਅਤੇ ਨੁਕਸਾਨ ਕਿਹਦਾ ਕਰ ਜਾਂਦਾ? ਪਾਰਟੀ ਦਾ। ਅਤੇ ਤੁਸੀਂ 2015 'ਚ ਵੀ ਇੱਥੇ SHO DSP ਲੱਗੇ ਸੀਗੇ,
ਅਸੀਂ ਤਾਂ ਕਿਸੇ ਨੂੰ ਨਹੀਂ ਕਿਹਾ ਜਾ ਕੇ ਧੱਕਾ ਕਰੋ। ਨਹੀਂ ਨਹੀਂ ਸਰ, ਇੱਕ ਸਵਾਲ ਇਹੀ ਹੈ ਕਿ ਸਾਰੀ ਜਨਤਾ ਨੂੰ ਜਿਹੜੀ ਗਰੰਟੀ ਹੈ ਵੋਟ ਪਾਉਣ ਦੀ, ਉਹ ਕਿਧਰੇ ਨਾ ਕਿਧਰੇ ਹਮੇਸ਼ਾ ਧੁੰਦਲੇ ਦੇ ਵਿੱਚ ਰਹਿੰਦੀ, ਧੁੰਦਲੀ ਉਹਨਾਂ ਨੂੰ ਸੋਚ ਰਹਿੰਦੀ ਵੀ ਸ਼ਾਇਦ ਸਾਡੇ ਅਧਿਕਾਰਾਂ ਦਾ ਜਿਹੜਾ ਹੈ। ਯਾਰ ਮੈਂ ਤੈਨੂੰ ਦੱਸੀ ਨਾ ਵੀ ਅਸੀਂ ਤਾਂ ਜਦੋਂ ਵੀ ਸਾਡੇ ਕੋਲ ਤਾਕਤ ਆਈ ਹੈ ਜਿੱਥੇ ਕੰਮ ਕੀਤਾ ਇਹ ਸਾਹ ਦੀ ਗਰੰਟੀ ਹੈ ਵੀ ਅਸੀਂ ਧੱਕਾ ਨਹੀਂ ਕੀਤਾ। ਇਹਨਾਂ ਜਿਹੜੇ ਅੱਜ ਤੁਸੀਂ ਐਲਾਨ ਕੀਤਾ, ਇਹਨਾਂ ਦੇ ਫਾਰਮ ਕਦੋਂ ਭਰੇ ਜਾਣਗੇ? 2 ਤਰੀਕ ਨੂੰ। 2 ਤਰੀਕ ਨੋਮੀਨੇਸ਼ਨ ਕੱਲ ਤੋਂ ਸ਼ੁਰੂ ਹੈ, ਭਰ ਦਿਆਂਗੇ। 3 ਤਰੀਕ ਤੱਕ 1-2-3 ਦਿਨ ਹੈਗੇ। ਜੇ ਕਿਤੇ ਉੱਥੇ ਇਹ ਅੱਗੋਂ ਪ੍ਰੋਟੈਸਟ ਕਰਦੇ ਨਹੀਂ ਭਰਨ ਦਿੰਦੇ ਤਾਂ ਤੁਸੀਂ ਕੀ ਬਾਰੇ ਤਿਆਰੀ ਕੀਤੀ? ਮੌਕੇ ਤੇ ਦੇਖਾਂਗੇ। ਠੀਕ ਹੈ, ਤੁਸੀਂ ਮੀਡੀਆ ਹੈਗੇ ਹੋ ਨਾ? ਜੀ ਜੀ। ਮੈਂ ਆਪਣੇ ਇਹ ਮੋਢਿਆਂ ਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫਿਰ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ। ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ। ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ, ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।